ਫਾਜ਼ਿਲਕਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਤੀਸਰੇ ਦਿਨ 67 ਉਮੀਦਵਾਰਾਂ ਨੇ ਦਾਖਲ ਕੀਤੇ ਨਾਮਾਂਕਨ ਪੱਤਰ। ਕੁੱਲ 107 ਉਮੀਦਵਾਰ ਭਰ ਚੁੱਕੇ ਹਨ ਨਾਮਾਂਕਨ। ਫਾਜ਼ਿਲਕਾ ਦੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਨਾਮਾਂਕਨ ਪੱਤਰ ਦਾਖਲ ਕਰਨ ਦਾ ਕੰਮ ਜਾਰੀ ਹੈ। ਫਾਜ਼ਿਲਕਾ ਦੇ ਐਸਡੀਐਮ ਕੇਸ਼ਵ ਗੋਇਲ ਨੇ ਦੱਸਿਆ ਕਿ ਅੱਜ ਤੀਸਰੇ ਦਿਨ 67 ਲੋਕਾਂ ਵੱਲੋਂ ਆਪਣੇ ਨਾਮਾਂਕਨ ਪੱਤਰ ਦਾਖਲ ਕੀਤੇ ਗਏ। ਉਹਨਾਂ ਨੇ ਕਿਹਾ ਕਿ ਹੁਣ ਤੱਕ 3 ਦਿਨਾਂ ਦੇ ਵਿੱਚ 107 ਉਮੀਦਵਾਰ ਆਪਣੇ ਨਾਮਾਂਕਨ ਪੱਤਰ ਦਾਖਲ ਕਰ ਚੁੱਕੇ ਹਨ। ਉਹਨਾਂ ਨੇ ਕਿਹਾ ਕਿ 3 ਫਰਵਰੀ ਤੱਕ ਨਾਮਾਂਕਨ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ 4 ਫਰਵਰੀ ਨੂੰ ਇਹਨਾਂ ਨਾਮਾਂਕਨ ਪੱਤਰਾਂ ਦੀ ਜਾਂਚ ਹੋਵੇਗੀ ਅਤੇ 5 ਫਰਵਰੀ ਨੂੰ ਉਮੀਦਵਾਰ ਆਪਣੇ ਨਾਮਾਂਕਨ ਪੱਤਰ ਵਾਪਸ ਲੈ ਸਕਦੇ ਹਨ। ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਚੋਣਾਂ ਚਿੰਨ੍ਹ ਅਲਾਟ ਕੀਤੇ ਜਾਣਗੇ। ਫਾਜ਼ਿਲਕਾ ਦੇ ਐਸਡੀਐਮ ਕੇਸ਼ਵ ਗੋਇਲ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਨਿਸ਼ਪਕਸ਼ ਅਤੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਚੋਣਾਂ ਸੰਪੰਨ ਕਰਵਾਏ ਜਾਣਗੇ। ਇਸ ਦੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਦੋ ਤਰੀਕ ਤੱਕ ਨਗਰ ਕੌਂਸਲ ਫਾਜ਼ਿਲਕਾ ਦੀਆਂ ਟੋਟਲ 107 ਫਾਈਲਾਂ ਸਾਡੇ ਕੋਲ ਆ ਗਈਆਂ ਨੇ, ਜਿਸ ਵਿੱਚੋਂ 67 ਫਾਈਲਾਂ ਅੱਜ ਪ੍ਰਾਪਤ ਹੋਈਆਂ ਨੇ ਅਤੇ 40 ਫਾਈਲਾਂ ਜੋ ਸੀ ਪਹਿਲਾਂ। ਹੁਣ ਤੱਕ ਦੀਆਂ ਟੋਟਲ 107 ਨੋਮੀਨੇਸ਼ਨ ਸਾਡੇ ਕੋਲ ਪ੍ਰਾਪਤ ਹੋ ਚੁੱਕੀਆਂ। ਅਜੇ ਕੱਲ੍ਹ ਦਾ ਦਿਨ ਬਾਕੀ ਹੈ, ਅੱਜ ਦਾ ਸਮਾਂ ਆਲਮੋਸਟ ਪੂਰਾ ਹੋ ਚੁੱਕਿਆ। ਕੱਲ੍ਹ 11 ਤੋਂ 3 ਦੇ ਵਿੱਚ ਜੇ ਕੋਈ ਵੀ ਨੋਮੀਨੇਸ਼ਨ ਦੇਣ ਤੋਂ ਜੇ ਰਹਿ ਗਿਆ ਤਾਂ ਉਹ ਕੱਲ੍ਹ ਆਪਣੇ ਨੋਮੀਨੇਸ਼ਨ ਦੇ ਸਕਦਾ। ਇਸ ਤੋਂ ਬਾਅਦ ਸਕਰੂਟਨੀ ਹੈ 4 ਤਰੀਕ ਨੂੰ ਅਤੇ 5 ਤਰੀਕ ਨੂੰ ਜੋ ਵੀ ਵਿਦਡਰਾਅਲ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ। ਸਰ ਅੱਜ ਕਿਹੜੀ ਪਾਰਟੀਆਂ ਵੱਲੋਂ ਨੋਮੀਨੇਸ਼ਨ ਦਿੱਤੇ ਗਏ? ਇਹ ਡਿਫਰੈਂਟ ਪਾਰਟੀਜ਼ ਵੱਲੋਂ ਅੱਜ ਨੋਮੀਨੇਸ਼ਨ ਦਿੱਤੇ ਗਏ ਨੇ। ਅਸੀਂ ਅਜੇ ਤੱਕ ਫਾਈਲਾਂ ਜੋ ਹੈ ਆਪਣੇ ਕੋਲ ਜਮ੍ਹਾਂ ਕਰ ਲਿਤੀਆਂ ਨੇ ਅਤੇ ਇਸ ਨੂੰ ਹੁਣ ਸੈਗਰੀਗੇਟ ਕਰਕੇ ਵੰਡ ਕਰਕੇ ਦੇਖਿਆ ਜਾਏਗਾ ਕਿਹੜੇ ਵਾਰਡ ਤੋਂ ਕਿਹੜੀ ਪਾਰਟੀ ਦੇ ਕਿਹੜੇ ਕੈਂਡੀਡੇਟਸ ਨੇ। ਉਹ ਅਸੀਂ ਸ਼ਾਮ ਤੱਕ ਜੋ ਹੈ ਡਾਟਾ ਪ੍ਰੈਸ ਰਾਹੀਂ ਉਪਲਬਧ ਕਰਾ ਦਿਆਂ। ਪਾਰਟੀ ਤੋਂ ਇਲਾਵਾ ਕੋਈ ਆਜ਼ਾਦ ਉਮੀਦਵਾਰ? ਆਜ਼ਾਦ ਉਮੀਦਵਾਰ ਵੀ ਕੁਛ ਵਿੱਚ ਫਾਈਲਾਂ ਦੇ ਕੇ ਗਏ ਨੇ। ਆਜ਼ਾਦ ਉਮੀਦਵਾਰ 2-3 ਫਾਈਲਾਂ ਹੈਗੀਆਂ ਸੀ, ਉਹ ਵੀ ਦੇਖ।